बेनतियां करते हैं भी भाई सिमरन करया करो, मूल मंत्र करया करो, बह के गुरबाणी नूं हौली हौली सुनिया करो ते आनंद साहब का पाठ कदे एकांत विच बह के हौली हौली कर लिया। आनंद साहब की भावें एक पौड़ी कर लिया करो, एक एक पौड़ी विच इन्ना कुछ बख्शिश किया होया महाराज जी ने, एक पौड़ी कल्ली होई पढ़ लिया करो कि साचा नाम मेरा आधारो, साच नाम आधार मेरा, जिन भुखा सब गवाइया, कर शांत सुख मन आए वसिया, जिन इच्छा सब पुजाइया, सदा कुर्बान कीता गुरु विटों, जिस दियां ये वडियाइया, कह नानक सुनो संतो शब्द धरो प्यारो, कह नानक सुनो संतो शब्द धरो प्यारो, साचा नाम मेरा आधारो। इन्ने बहुत मन बाला बिगड़ जे तां ये मन मेरे आ, तू सदा रहो हर नाले, हर नाल रहो तो मन मेरे दुख सब विसारना, अंगीकारो करे तेरा कार सब सवारना, सब ना गल्लां सम्राट स्वामी सो क्यों मनु सारे, कह नानक मन मेरे सदा रहो हर नाल। थोड़ा हौली पढ़ ले, टका विच बैठ, कदे मन टिकया हुंदा वे लै, एक ऐसा रिलैक्स जिहा टाइम मिलता सवेरे हुंदा, आ कर ला, आ करना है, आ कम करना है, बच्चे तोरने हैं, करदे ने आ करने हैं, चलो जी हुण घंटा क वेला मेरे कोल आराम आ गया लै, सारे काम भी मुक गए, हुण वेले हैं, हुण बह जाओ, हुण मन रिलैक्स है इस वक्त, क्योंकि काम मुक गए, जदों काम फिर आ गए फिर उलझ जाणा इहने, ਉਹ ਟਿਕੇ ਹੋਏ ਟਾਈਮ ਦੇ ਵਿੱਚ ਇੱਕ ਘੰਟੇ ਦਾ ਅੱਧੇ ਘੰਟੇ ਦਾ ਲਾਹਾ ਲੈ, ਇੱਕ ਬਾਣੀ ਕੋਈ ਵੀ ਲੈ ਲਓ, ਜਪਜੀ ਸਾਹਿਬ ਲੈ ਲਓ, ਆਨੰਦ ਸਾਹਿਬ ਲੈ ਲਓ, ਸੁਖਮਨੀ ਸਾਹਿਬ ਲੈ ਲਓ, ਟਿਕ ਕੇ ਹੌਲੀ 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 ਸਮਝ ਸਮਝ ਕੇ ਪੜ੍ਹੋ। ਮਨ ਨੂੰ ਸਿੱਧਾ ਬਾਣੀ ਨੇ ਕਰਨਾ ਹੈ, ਨਾ ਕਿ ਬਹੁਤ ਸਾਰੇ ਲੋਕ ਫਿਰ ਇਹ ਫਿਰ ਆਪਾਂ ਕਰਦੇ ਹਾਂ, ਪਾਠ ਕਰਦੇ ਹਾਂ ਅਤੇ ਨਾਲ ਇੱਛਾ ਵੀ ਕਰਦੇ ਹਾਂ, ਕੰਮ ਬਣ ਜੇ ਆਹ ਕੰਮ ਬਣ ਜੇ, ਤੁਸੀਂ ਤਾਂ ਇਹ ਕੀਤਾ ਨਾਲ ਨਾਲ ਸਾਫ ਕੀਤਾ ਤੇ ਨਾਲ ਨਾਲ ਫੇਰ ਕੂੜਾ ਸਿੱਟਤਾ ਉੱਥੇ। ਉਹ ਜਿਵੇਂ ਕੀ ਆ ਵੀ ਗੰਦਗੀ ਨਾਲ ਨਾਲ ਨਹੀਂ ਪਾਉਣੀ, ਸਿਰਫ ਮਨ ਦੀ ਇਕਾਗਰਤਾ ਲਈ ਆਪਾਂ ਨੇ ਪਾਠ ਕਰਨਾ, ਉਹ ਵੀ ਨਿਸ਼ਕਾਮ, ਕੋਈ ਇੱਛਾ ਨਹੀਂ ਕਰਨੀ, ਇਹਦੇ ਵਿੱਚ ਆਨੰਦ ਆਉਂਦਾ ਹੈ। ਜਦੋਂ ਇੱਛਾ ਕਰੀਏ ਤਾਂ ਫਿਰ ਆਨੰਦ ਨਹੀਂ ਹੁੰਦਾ, ਕਈ ਵਾਰ ਆਪਾਂ ਹੁਣ ਆਨੰਦ ਇੱਛਾ ਕਰਕੇ ਪਾਠ ਕੀਤਾ ਵੀ ਮੇਰੀ ਆਹ ਇੱਛਾ ਹੈ ਆਹ ਇੱਛਾ ਹੈ, ਉਹ ਕਰਮਾਂ 'ਚ ਉਨੀ ਹਾਲ ਕਮਾਈ ਹੈ ਨਹੀਂ ਸੀ, ਇੱਛਾ ਪੂਰੀ ਨਹੀਂ ਹੋਈ, ਫਿਰ ਖਿੱਚ ਖਿੱਚ ਪੈਣਾ, ਪਾਠ ਵੀ ਕੀਤੇ ਸੀ ਇਹਨੇ ਗੱਲ ਵੀ ਨਹੀਂ ਬਣੀ ਹੈ, ਕਾਹਨੂੰ ਇੱਛਾ ਕਰਦੇ ਹੋ। ਨਿਰਇੱਛਤ ਇੱਛਾ ਕਰਕੇ ਇੱਕ ਇੱਛਾ ਪੂਰੀ ਹੋਊਗੀ, ਜੇ ਮੰਨ ਲਓ 100 ਜਪਜੀ ਸਾਹਿਬ ਕਰ ਲਓ, 100 ਸੁਖਮਨੀ ਸਾਹਿਬ ਜਾਂ ਅਖੰਡ ਪਾਠ ਕਰਾ ਲਓ, ਇੱਕ ਇੱਛਾ ਪੂਰੀ ਹੋਊਗੀ ਜੇ ਇੱਛਾ ਰੱਖ ਕੇ ਕਰੋਗੇ, ਜੇ ਨਿਰਇੱਛਤ ਕਰੋਗੇ ਤਾਂ ਸਾਰੀਆਂ ਹੀ ਪੂਰੀਆਂ ਹੋ ਜਾਣਗੀਆਂ। ਤੁਸੀਂ ਇੱਕ ਇੱਛਾ ਰੱਖੀ ਹੈ, ਮਹਾਰਾਜ ਕਹਿੰਦੇ ਇਹ ਤਾਂ ਇੱਕੋ ਹੀ ਰੱਖ ਕੇ ਬੈਠਾ, ਮੈਂ ਤਾਂ ਇਹਦੀਆਂ ਸਾਰੀਆਂ ਪੂਰੀਆਂ ਕਰਨੀਆਂ ਸੀ। ਇਸ ਕਰਕੇ ਬਾਣੀ ਦੇ ਵਿੱਚ ਇੱਛਾ ਨਹੀਂ ਕਰਨੀ, ਸੇਵਾ ਕਰਦਿਆਂ ਕਦੇ ਵੀ ਇੱਛਾ ਨਹੀਂ ਕਰਨੀ, ਫਿਰ ਸਤਿਗੁਰ ਸਾਰੀਆਂ ਪੂਰੀਆਂ ਕਰਦੇ, ਨਾਲੇ ਮਨ ਨੂੰ ਸ਼ਾਂਤੀ ਰਹਿੰਦੀ ਹੈ। ਇਸ ਕਰਕੇ ਬਾਣੀ ਨੂੰ ਹੌਲੀ ਹੌਲੀ ਵਿਚਾਰੋ, ਪੜ੍ਹੋ, ਗਾਵੋ, ਸੁਣੋ, ਪੜ੍ਹੋ, ਨਿੱਤ ਭਾਈ ਗਾਵੀਐ ਸੁਣੀਐ ਮਨ ਰੱਖੀਐ ਭਾਓ। ਇਸ ਕਰਕੇ ਮਹਾਰਾਜ ਨੇ ਬਹੁਤ ਥਾਈ ਇਹ ਬਚਨ ਲਿਖੇ ਨੇ, ਆਓ ਵਾਹਿਗੁਰੂ ਵੀ ਕਹਿਣਾ, ਵਾਹਿਗੁਰੂ ਨੂੰ ਸੁਣਨਾ ਵੀ ਹੈ, ਵਿਚਾਰਨਾ ਵੀ ਹੈ, ਅਰਥਾਂ ਦੀ ਵਿਚਾਰ ਵੀ ਕਰਨੀ ਹੈ, ਸੁਣੀ ਹੋਈ ਕਥਾ ਜਿਹੜੀ ਵਾਹਿਗੁਰੂ ਮੰਤਰ 'ਤੇ ਉਹਦੀ ਵਿਚਾਰ ਵੀ ਕਰਨੀ ਹੈ, ਔਰ ਮਨ ਦੇ ਅੰਦਰ ਇਹ ਵੀ ਲਿਆਉਣੀ ਸ਼ਰਧਾ ਕਿ ਦੁਨੀਆਂ ਦੇ ਵਿੱਚ ਇਸ ਤੋਂ ਉੱਪਰ ਹੋਰ ਕੁਛ ਨਹੀਂ ਹੈ। ਸਭ ਤੋਂ ਜਿਹੜੀ ਆ ਨਾ ਉੱਚੀ ਚੋਟੀ ਹਿਮਾਲਿਆ ਦੀ ਉੱਤੇ ਜਦ ਬੰਦਾ ਜਾ ਕੇ ਖੜਦਾ ਨਾ, ਉਹ ਕਹਿੰਦਾ ਬਸ ਇਦੂ ਉੱਤੇ ਹੁਣ ਹੋਰ ਕੋਈ ਚੋਟੀ ਨਹੀਂ, ਸਿਰੇ 'ਤੇ ਬੈਠੇ ਆ, ਬਸ ਇਹ ਵਾਹਿਗੁਰੂ ਮੰਤਰ ਸਿਰੇ ਦੀ ਚੀਜ਼ ਆ, ਹੁਣ ਸਿਰੇ ਦੀ ਬਖਸ਼ਿਸ਼ ਹੈ, ਇਹਦੇ ਉੱਤੇ ਹੋਰ ਕੁਛ ਨਹੀਂ ਹੈ, ਮੂਲ ਮੰਤਰ ਨਾਲ ਉੱਤੇ ਹੋਰ ਕੁਛ ਨਹੀਂ। ਜਾਂ ਸ਼ਰਧਾ ਇੱਕ ਥਾਂ 100% ਇਕੱਠੀ ਹੋ ਗਈ ਤਾਂ ਤੁਹਾਡੇ ਮਨ ਨੇ ਆਪੇ ਹੀ ਗਾਉਣਾ ਵੀ ਹੋਰ ਕੁਛ ਨਹੀਂ ਹੈ, ਸਿਰਫ ਗੁਰਮੰਤਰ ਹੈ, ਇਹਦਾ ਹੀ ਮੈਂ ਅਭਿਆਸ ਕਰਾਂ। ਵਾਹਿਗੁਰੂ 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 ਧੰਨ।
ਧੰਨ ਵਾਹੇ ਗੁਰੂ ਵਾਹੇ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਧੰਨ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਧੰਨ ਵਾਹੇ ਗੁਰੂ ਜਪ ਮਨ ਸਤਨਾਮ ਸਦਾ ਸਤਨਾਮ ਜਪ ਮਨ ਸਤਨਾਮ ਸਦਾ ਸਤਨਾਮ ਜਪ ਮਨ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਧੰਨ ਵਾਹੇ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।